ਜਦੋਂ ਇਹ ਬਾਬਾ ਜੀ ਨੂੰ ਲੈ ਕੇ ਆਏ ਜੀ, ਅਤੇ ਫਿਰ ਇਹਨਾਂ ਨੇ ਬਾਅਦ 'ਚ ਬਾਬਾ ਜੀ ਦੀ ਬੋਡੀ ਨਾਲ ਬੇਅਦਬੀ ਕੀਤੀ ਜੀ। ਬੇਅਦਬੀ ਕਰਨ ਤੋਂ ਬਾਅਦ ਇਹਨਾਂ ਨੇ ਜਲਦੀ ਜਲਦੀ ਸੰਸਕਾਰ ਕਰਨਾ ਚਾਹਿਆ ਜੀ। ਜਦੋਂ ਸੰਸਕਾਰ ਕਰਨਾ ਚਾਹਿਆ ਤਾਂ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਥੋੜ੍ਹੀ ਬਹੁਤੀ ਝੜਪ ਹੋ ਗਈ, ਅਤੇ ਵਰਿੰਦਰ ਦੇ ਭਾਈ ਨੇ ਫਾਇਰ ਚਲਾਏ ਜੀ। ਉਹ ਫਾਇਰ ਮੇਰੇ ਤਰਫ ਹੀ ਆਉਂਦਾ ਸੀਗਾ, ਮੇਰੇ ਦੋਸਤ ਨੇ ਕਿਸੇ ਨੇ ਹੱਥ ਫੜ ਕੇ ਉਹਦਾ ਉੱਪਰ ਕਰਤਾ, ਅਤੇ ਉਹ ਉੱਪਰ ਸ਼ੈੱਡ ਵਿੱਚ ਲੱਗ ਗਏ। ਹੁਣ ਗੱਲ ਇੱਥੇ ਹੈ ਜੀ, ਇਹਨਾਂ ਨੇ ਬਾਬਾ ਜੀ ਨੂੰ 1.5 ਸਾਲ ਤੋਂ ਕੈਦ ਕਰਕੇ ਰੱਖਿਆ ਹੋਇਆ ਸੀਗਾ, ਅਤੇ ਆਪਣੀ ਮਰਜ਼ੀ ਨਾਲ ਬੁਲਵਾ ਰਹੇ ਸੀ, ਸਭ ਕੁਛ ਕਰਵਾ ਰਹੇ ਸੀਗੇ ਜੀ। ਇਹ ਬਾਬਾ ਜੀ ਨੂੰ ਡੇਰੇ ਦੇ ਪਿਛਲੇ ਗੇਟ ਰਾਹੀਂ ਕੱਚੇ ਰਸਤੇ ਲੈ ਕੇ ਗਏ ਜੀ। 21 ਤਰੀਕ ਨੂੰ ਇੱਕ ਰਿਪੋਰਟ ਹੋਸਪਿਟਲ ਵੱਲੋਂ ਜਾਰੀ ਹੁੰਦੀ ਹੈ ਵੀ ਬਾਬਾ ਜੀ ਦਾ ਹਾਰਟ ਫੇਲ ਹੋ ਗਿਆ ਜੀ। ਜਦੋਂ ਬਾਬਾ ਜੀ ਦਾ ਹਾਰਟ ਫੇਲ ਹੋ ਗਿਆ ਸੀਗਾ ਤਾਂ ਹਾਰਟ ਫੇਲ ਹੋਣ ਤੋਂ ਬਾਅਦ 1 ਜਾਂ 2 ਦਿਨ ਤੱਕ ਬੰਦਾ ਵੈਂਟੀਲੇਟਰ 'ਤੇ ਰਹਿ ਸਕਦਾ ਜੀ, ਅਤੇ ਉਦੋਂ ਬਾਅਦ ਜਿੰਦਾ ਤਾਂ ਨਹੀਂ ਰਹਿ ਸਕਦਾ ਜੀ। ਜਦੋਂ ਰਿਪੋਰਟ ਦੇ ਅਨੁਸਾਰ 21 ਤਰੀਕ ਨੂੰ 22 ਤਰੀਕ ਨੂੰ ਚੋਲਾ ਛੱਡਤਾ ਸੀਗਾ ਬਾਬਾ ਜੀ ਨੇ, ਅਤੇ ਫਿਰ ਇੰਨੇ ਦਿਨ ਬਾਬਾ ਜੀ ਨਾਲ ਕੀ ਕੀਤਾ, ਕਿੱਥੇ ਰੱਖਿਆ, ਅਤੇ ਬਾਬਾ ਜੀ ਦੀ ਬੋਡੀ ਜਦੋਂ ਅਸੀਂ ਉਹ ਦਰਸ਼ਨ ਕਰਨ ਗਏ ਹਾਂ ਉਸ ਦਿਨ 1 ਤਰੀਕ ਨੂੰ ਜੀ, ਬਾਬਾ ਜੀ ਦੀ ਬੋਡੀ ਬਿਲਕੁਲ ਖਰਾਬ ਹੋ ਚੁੱਕੀ ਸੀ, ਗਲ ਸੜ ਚੁੱਕੀ ਸੀਗੀ। ਉਹ ਵਰਿੰਦਰ ਦਾ ਭਰਾ ਸੀਗਾ ਜੀ। ਮੈਨੇਜਰ ਸਾਹਿਬ ਜੀ ਬੋਲੇ ਬੇਈਮਾਨ ਇਹਨੂੰ ਕੱਢ ਦੇ, ਨਹੀਂ ਤੇਰੀ ਮਿੱਟੀ ਪਲੀਤ ਕਰ ਦੂਗਾ। ਮੈਨੇਜਰ ਸਾਹਿਬ ਜੀ ਇਨਕੋ ਦੇਖਣਾ ਪਸੰਦ ਹੀ ਨਹੀਂ ਕਰਤਾ ਥੇ, ਇਹ ਕੋਈ ਸੇਵਾ ਸਿਮਰਨ ਨਹੀਂ ਕਰਤੇ ਥੇ, ਸਾਰੇ ਦਿਨ ਡੇਰੇ ਮੇ ਅਵਾਰਾ ਗਰਦੀ ਕਰਤੇ ਥੇ, ਬਾਹਰ ਪੀਸੀਓ ਮੇ ਬੈਠ ਕੇ ਸ਼ਰਾਬ ਪੀਤੇ ਥੇ, ਡੇਰੇ ਮੇ ਸ਼ਰਾਬ ਪੀਣਾ, ਮੀਟ ਮਾਸ ਖਾਣਾ ਯੇ ਅਲਾਊਡ ਹੈ ਹੀ ਨਹੀਂ। ਫੋਟੋ ਖਿੱਚਵਾ ਕੇ ਫੋਟੋ ਦਿਖਾਤਾ ਫਿਰ ਰਿਹਾ, ਮੇਰੇ ਮੋਦੀ ਜੀ ਕੇ ਸਾਥ ਫੋਟੋ ਹੈ, ਸੰਗਤ ਕੋ ਦਿਖਾਤਾ ਮੇਰੇ ਮੋਦੀ ਜੀ ਕੇ ਸਾਥ, ਮੋਦੀ ਜੀ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਹੋ ਰਹੀ ਹੈ ਸੰਗਤ ਦੀ। ਹਾਂ ਮੋਦੀ ਜੀ ਕੋ ਬਦਨਾਮ ਕਰਿਆ, ਖੱਟਰ ਜੀ ਕੋ ਧੋਖੇ ਮੇ ਰੱਖਿਆ ਗਿਆ, ਸੀ ਐਮ ਸਾਹਿਬ ਕੋ, RSS ਕੋ ਧੋਖੇ ਮੇ ਰੱਖਿਆ ਇਸਨੇ। ਇਹਨਾਂ ਨੇ ਬਿਸਨੋਈਆਂ ਕੋ ਭਾਵਨਾਓਂ ਕੋ ਠੇਸ ਪਹੁੰਚਾਈ ਹੈ, ਇਸੇ ਬਿਸਨੋਈ ਸਮਾਜ ਕੋ ਬੜਾ ਦੁੱਖ ਪਹੁੰਚਿਆ ਹੈ, ਬੜੇ ਬੜੇ ਸਾਧੂ ਸੰਤ ਬਿਸਨੋਈ ਸਮਾਜ ਕੇ ਇਸ ਮਹਾਰਾਜ ਜੀ ਕੇ ਲੀਏ ਰੋ ਰਹੇ ਹੈ, ਸਭ ਮੇਰੇ ਕੋ ਵੀ ਇਨਕੇ ਲੀਏ। ਹਰਿਆਣਾ ਦੇ ਵਿੱਚ ਇੱਕ ਡੇਰੇ ਦਾ ਮਸਲਾ ਹੈ, ਇਹ ਡੇਰਾ ਇਕੱਲਾ ਹਰਿਆਣਾ ਹੀ ਨਹੀਂ ਪੰਜਾਬ ਦੇ ਨਾਲ ਵੀ ਵੱਡਾ ਸੰਬੰਧ ਰੱਖਦਾ ਹੈ, ਜਿਸ ਦਾ ਨਾਮ ਹੈ ਡੇਰਾ ਜਗਮਾਲਵਾਲੀ ਦੇ ਵਿੱਚ ਸਥਿਤ ਹੈ। ਜਗ੍ਹਾ ਦਾ ਨਾਮ ਜਗਮਾਲਵਾਲੀ ਹੈ, ਨੇੜੇ ਕਾਲਿਆਂ ਲਈ ਪੰਜਾਬ ਦਾ ਇਲਾਕਾ ਦੇਖੀਏ ਤਾਂ ਬਠਿੰਡਾ ਪੈਂਦਾ, ਜੇ ਹਰਿਆਣੇ ਵੱਲ ਦੇਖੀਏ ਤਾਂ ਸਿਰਸਾ ਜਿਹੜਾ ਸ਼ਹਿਰ ਹੈ, ਵੱਡਾ ਸ਼ਹਿਰ ਕਹਾਂਗੇ, ਉਹ ਨੇੜੇ ਪੈ ਜਾਂਦਾ। ਕਾਲਿਆਂ ਵਾਲੀ ਮੰਡੀ ਵੀ ਆਪਣੇ ਆਪ ਦੇ ਵਿੱਚ ਇੱਕ ਟਾਊਨ ਹੈ, ਔਰ ਡੱਬ ਵਾਲੀ ਜਿਹੜੀ ਹੈ ਪੰਜਾਬ ਹਰਿਆਣੇ ਦਾ ਸਾਂਝਾ ਸ਼ਹਿਰ, ਉਹ ਵੀ ਨੇੜੇ ਹੈ। ਇਹਨਾਂ ਸਾਰੇ ਸ਼ਹਿਰਾਂ ਦੇ ਵਿਚਕਾਰ ਨਾਲ ਲੱਗਦਾ ਇਹ ਜਿਹੜਾ ਸਥਾਨ ਹੈ ਉਹ ਹੈਗਾ। ਡੇਰਾ ਜਗਮਾਲਵਾਲੀ ਕਿੱਥੋਂ ਸ਼ੁਰੂ ਹੁੰਦਾ ਜਦੋਂ ਇਸ ਦੀ ਅਸੀਂ ਗੱਲ ਕਰਾਂਗੇ, ਪਰਤ ਦਰ ਪਰਤ ਤਾਂ ਬਹੁਤ ਵੱਡੀ ਹਿਸਟਰੀ ਹੈ ਇਸ ਦੀ। 4 ਡੇਰੇ ਪੰਜਾਬ ਦੇ ਵੱਡੇ ਆਉਣਗੇ, ਮਹਿਜ਼ ਇੱਕ 4 ਸ਼ਬਦਾਂ ਦੇ ਵਿੱਚ, 4 ਲਾਈਨਾਂ ਦੇ ਵਿੱਚ ਮੇਰੀ ਇਹ ਗੱਲ ਨਹੀਂ ਕੰਪਲੀਟ ਹੋ ਸਕਦੀ, ਨਹੀਂ ਨਿਬੜ ਸਕਦੀ, ਬਹੁਤ ਵੱਡੀ ਗੱਲ ਹੋਵੇਗੀ, ਬਹੁਤ ਤਹਿ ਤੱਕ ਜਾਣਾ ਪਵੇਗਾ। ਫਿਰ ਜਦੋਂ ਤਹਿ ਤੱਕ ਜਾਵਾਂਗੇ ਤਾਂ ਕਈ ਪਰਤਾਂ ਜਿਹੜੀਆਂ ਕੜੀ ਦਰ ਕੜੀ ਨਾਲ ਜੁੜ ਕੇ ਖੁੱਲ੍ਹਦੀਆਂ ਜਾਣਗੀਆਂ। ਪਰ ਹੁਣ ਸਵਾਲ ਇਹ ਹੈ ਕਿ ਡੇਰੇ ਦੇ ਵਿੱਚ, ਡੇਰੇ ਦੇ ਜਿਹੜੇ ਮੁਖੀ ਸੀ, ਵਕੀਲ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਸੀ, ਪੂਰਾ ਨਾਮ ਸੀਗਾ ਉਹਨਾਂ ਦਾ ਬਹਾਦਰ ਚੰਦ। ਬਹਾਦਰ ਚੰਦ ਜਿਹੜਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਜਾਂਦੇ ਨੇ ਕੁਛ ਦਿਨ ਪਹਿਲਾਂ, ਔਰ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਡੇਰੇ ਦੇ ਵਿੱਚ ਵਿਵਾਦ ਖੜ੍ਹਾ ਹੋ ਜਾਂਦਾ। ਇਸ ਤੋਂ ਪਹਿਲਾਂ ਡੇਰੇ ਦੇ ਨਾਲ ਕੋਈ ਵੱਡਾ ਵਿਵਾਦ ਨਹੀਂ ਜੁੜਿਆ, ਤਾਂ ਇਹ ਸੰਸਕਾਰ ਦਾ ਵਿਵਾਦ ਪੈਦਾ ਹੁੰਦਾ। ਡੇਰੇ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਡੇਰੇ ਦੇ ਵਿੱਚ ਗੱਦੀ ਨੂੰ ਲੈ ਕੇ ਰੌਲਾ ਪੈਂਦਾ ਕਿ ਕਿਹੜਾ ਹੁਣ ਉੱਤਰਾਧਿਕਾਰੀ ਹੋਏਗਾ ਇਸ ਡੇਰੇ ਦਾ। ਜਦੋਂ ਉੱਤਰਾਧਿਕਾਰੀ ਦੀ ਵਾਰੀ ਆਉਂਦੀ ਹੈ ਤਾਂ ਇੱਕ ਨਾਮ ਮੂਹਰੇ ਆਉਂਦਾ, ਵਰਿੰਦਰ ਢਿੱਲੋਂ, ਜਿਸ ਨੂੰ ਲੈ ਕੇ ਰੌਲਾ ਪੈਂਦਾ। ਵਰਿੰਦਰ ਢਿੱਲੋਂ ਦੇ ਬਾਰੇ ਵੀ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਆ ਆਪਣੀ ਅਗਲੀ ਰਿਪੋਰਟ ਦੇ ਵਿੱਚ ਦੇਵਾਂਗੇ। ਪਰ ਵਰਿੰਦਰ ਢਿੱਲੋਂ ਦੇ ਨਾਲ ਹੁਣ ਮਸਲਾ ਚੱਲ ਰਿਹਾ ਸੰਗਤ ਦਾ। ਸੰਗਤ ਦਾ ਇੱਕ ਹਿੱਸਾ ਕਹਿ ਰਿਹਾ ਕਿ ਵਰਿੰਦਰ ਢਿੱਲੋਂ ਨੇ ਡੇਰੇ ਦੇ ਵਿੱਚ ਆ ਕੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ, ਔਰ ਡੇਰੇ ਨੂੰ ਗਲਤ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ, ਔਰ ਹੁਣ ਉਹ ਗੱਦੀ ਹਥਿਆਉਣਾ ਚਾਹੁੰਦਾ।
ਅਸੀਂ ਚਾਹੁੰਦੇ ਹਾਂ ਕਿ ਸਾਰੀ ਸੰਗਤ ਜਿਹੜੀ ਉਸ ਡੇਰੇ ਦੇ ਨਾਲ ਜੁੜੀ ਹੋਈ ਹੈ, ਸਾਨੂੰ ਸਾਰਿਆਂ ਦੀ ਆਸਥਾ ਦੀ ਕਦਰ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਬਣਾ ਕੇ ਰੱਖੋ, ਕਿਉਂਕਿ ਪੈਰਾ ਮਿਲਟਰੀ ਫੋਰਸਿਸ ਤੈਨਾਤ ਕੀਤੀਆਂ ਗਈਆਂ ਨੇ। ਜਿਹੜਾ ਕਾਨੂੰਨ ਦੀ ਕੋਈ ਸਥਿਤੀ ਜਿਹੜੀ ਖਰਾਬ ਨਾ ਹੋਵੇ, ਇਸ 'ਤੇ ਵੀ ਹਰਿਆਣਾ ਸਰਕਾਰ ਨੇ ਜਿਹੜਾ ਧਿਆਨ ਰੱਖਿਆ ਹੋਇਆ। ਇੰਟਰਨੈਟ ਸੇਵਾਵਾਂ ਨੇ ਜਿਹੜੀਆਂ ਉਸ ਏਰੀਏ ਦੀਆਂ ਹਰਿਆਣਾ ਦੇ ਵਿੱਚ, ਉਹ ਵੀ ਬੰਦ ਨੇ, ਜਿਹੜੀਆਂ ਖਬਰਾਂ ਹੁਣ ਤੱਕ ਦੀਆਂ ਨੇ ਜਦੋਂ ਮੈਂ ਇਸ ਖਬਰ ਨੂੰ ਰਿਕਾਰਡ ਕਰ ਰਿਹਾ। ਹੁਣ ਸੰਗਤ ਦਾ ਕਿਹੜਾ ਹਿੱਸਾ ਕਹਿੰਦਾ ਕਿ ਉਹਨਾਂ ਨੂੰ ਵਰਿੰਦਰ ਢਿੱਲੋਂ 'ਤੇ ਸ਼ੱਕ ਹੈ, ਉਹਨਾਂ ਨੂੰ ਲੱਗਦਾ ਕਿ ਵਰਿੰਦਰ ਢਿੱਲੋਂ ਸਹੀ ਨਹੀਂ ਹੈ। ਹਾਲਾਂਕਿ ਵਰਿੰਦਰ ਢਿੱਲੋਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਮਹਾਤਮਾ ਵਰਿੰਦਰ ਵੀ ਉਹਨਾਂ ਨੂੰ ਸੰਗਤ ਦੇ ਕੁਛ ਸਤਿਕਾਰ ਸਤਿਕਾਰ ਦੇ ਨਾਲ ਸੰਗਤ ਦੇ ਕੁਛ ਲੋਕ ਉਹਨਾਂ ਨੂੰ ਮਹਾਤਮਾ ਵਰਿੰਦਰ ਵੀ ਕਹਿੰਦੇ ਨੇ, ਉਹਨਾਂ ਨੇ ਵੀ ਆਪਣੀ ਸਫਾਈ ਪੇਸ਼ ਕੀਤੀ ਹੈ। ਉਹ ਕਹਿੰਦੇ ਕਿ ਮੈਂ ਡੇਰੇ ਦੀਆਂ ਗੱਲਾਂ ਪਬਲਿਕ ਕਰਦਾ, ਪ੍ਰੈਸ ਕਾਨਫਰੰਸ ਕਰਦਾ ਚੰਗਾ ਨਹੀਂ ਲੱਗਦਾ, ਪਰ ਮੈਨੂੰ ਇਹ ਮਜਬੂਰੀ 'ਚ ਕਹਿਣੀਆਂ ਪੈ ਰਹੀਆਂ ਨੇ। ਕੱਲ੍ਹ ਉਹਨਾਂ ਦੀ ਪ੍ਰੈਸ ਕਾਨਫਰੰਸ ਇੱਕ ਹੋਈ ਹੈ, ਉਹਦੇ 'ਚ ਕੀ ਸੀ ਉਹ ਸਾਰਾ ਸਿਲਸਿਲਾ, ਕੀ ਸੀ ਉਹ ਸਾਰਾ ਮਾਮਲਾ, ਉਹ ਵੀ ਤੁਹਾਨੂੰ ਦੱਸਾਂਗੇ। ਪਰ ਸਭ ਤੋਂ ਪਹਿਲਾਂ ਸੰਗਤ ਦਾ ਉਹ ਪੱਖ, ਚੰਡੀਗੜ੍ਹ ਅੱਜ ਸਾਡੇ ਕੋਲ ਪਹੁੰਚੇ ਨੇ ਆਪਣਾ ਪੱਖ ਰੱਖਣ ਦੇ ਲਈ, ਕਿ ਜਿਹੜੇ ਕਹਿੰਦੇ ਨੇ ਕਿ ਡੇਰੇ ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ, ਤਾਂ ਤਹਿ ਦਰ ਤਹਿ ਮਾਮਲਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ। ਮੇਰਾ ਨਾਮ ਸਤਨਾਮ ਸਿੰਘ ਹੈ, ਮੇਰਾ ਪਿੰਡ ਗਦਰਾਣਾ ਜੀ, ਅਤੇ ਮੈਂ ਡੇਰੇ ਦਾ ਇੱਕ ਸੇਵਾਦਾਰ ਹਾਂ ਜੀ। ਮੈਂ ਰੋਜ਼ਾਨਾ ਅਤੇ ਭਜਨ ਸਿਮਰਨ ਕਰਦਾ, ਸਾਰੀ ਰਾਤ ਜਾਗਦਾ ਜੀ। ਅਤੇ 1 ਤਰੀਕ ਨੂੰ ਜੀ ਮੈਂ ਮੌਕੇ 'ਤੇ ਮੌਜੂਦ ਸੀਗਾ ਜਦੋਂ ਬਾਬਾ ਜੀ ਨੂੰ ਇਹ ਲੈ ਕੇ ਆਏ ਜੀ। ਪਿੰਡ ਕਿੰਨੇ ਚਿਰ ਤੋਂ ਡੇਰੇ ਦੇ ਵਿੱਚ ਰਹਿ ਰਹੇ ਹੋ? ਮੈਂ ਡੇਰੇ 'ਚ ਰਹਿ ਨਹੀਂ ਰਿਹਾ, ਰੋਜ਼ ਰਾਤ ਨੂੰ ਜਾਂਦਾ ਜੀ, ਮੇਰਾ ਪਿੰਡ ਕੋਲ ਹੀ ਹੈ ਜੀ, ਅਤੇ ਸੇਵਾ ਕਰਦਾ ਜੀ। ਕਿੰਨੀ ਦੂਰ ਹੈ ਤੁਹਾਡਾ ਪਿੰਡ? ਮੇਰਾ ਪਿੰਡ 10 ਕਿਲੋਮੀਟਰ ਹੋਊਗਾ, ਰੋਜ਼ ਅਪ ਡਾਊਨ ਕਰਦਾ ਜੀ ਮੈਂ। ਰੋਜ਼ ਪਿੰਡ ਅਪ ਡਾਊਨ? ਔਰ ਤੁਹਾਡਾ ਪਰਿਵਾਰ ਮਸਤਾਨਾ ਜੀ ਦੇ ਟਾਈਮ ਤੋਂ ਜੁੜਿਆ? ਹਾਂਜੀ ਹਾਂਜੀ, ਸਾਡਾ ਪਰਿਵਾਰ ਮਸਤਾਨਾ ਜੀ ਦੇ ਟਾਈਮ ਤੋਂ ਜੁੜਿਆ ਜੀ। ਹੁਣ ਤੁਸੀਂ ਸਾਨੂੰ ਉਸ ਰਾਤ ਵਾਲੀ ਘਟਨਾ ਦੱਸੋਗੇ ਜਿਹੜੀ ਗੋਲੀ ਚੱਲੀ, ਉਹ ਸਾਰਾ ਮਸਲਾ ਕਿਉਂ ਹੋਇਆ? ਉਹ ਤਾਂ ਜੀ ਜਦੋਂ ਇਹ ਬਾਬਾ ਜੀ ਨੂੰ ਲੈ ਕੇ ਆਏ ਜੀ, ਅਤੇ ਫਿਰ ਇਹਨਾਂ ਨੇ ਬਾਅਦ 'ਚ ਬਾਬਾ ਜੀ ਦੀ ਬੋਡੀ ਨਾਲ ਇਹਨਾਂ ਨੇ ਬੇਅਦਬੀ ਕੀਤੀ ਜੀ। ਬੇਅਦਬੀ ਕਰਨ ਤੋਂ ਬਾਅਦ ਇਹਨਾਂ ਨੇ ਜਲਦੀ ਜਲਦੀ ਸੰਸਕਾਰ ਕਰਨਾ ਚਾਹਿਆ ਜੀ। ਜਦੋਂ ਸੰਸਕਾਰ ਕਰਨਾ ਚਾਹਿਆ ਤਾਂ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਥੋੜ੍ਹੀ ਬਹੁਤੀ ਝੜਪ ਹੋ ਗਈ, ਅਤੇ ਇਹ ਵਰਿੰਦਰ ਦੇ ਭਾਈ ਨੇ ਫਾਇਰ ਚਲਾਏ ਜੀ। ਉਹ ਫਾਇਰ ਮੇਰੇ ਤਰਫ ਹੀ ਆਉਂਦਾ ਸੀਗਾ, ਮੇਰੇ ਦੋਸਤ ਨੇ ਕਿਸੇ ਨੇ ਹੱਥ ਫੜ ਕੇ ਉਹਦਾ ਉੱਪਰ ਕਰਤਾ, ਅਤੇ ਉਹ ਉੱਪਰ ਸ਼ੈੱਡ ਵਿੱਚ ਲੱਗ ਗਿਆ ਜਾ ਕੇ ਜੀ, ਅਤੇ ਫਿਰ ਇਹ ਡੇਰੇ 'ਚੋਂ ਚਲੇ ਗਏ ਜੀ। ਹੁਣ ਗੱਲ ਇੱਥੇ ਹੈ ਜੀ, ਇਹਨਾਂ ਨੇ ਬਾਬਾ ਜੀ ਨੂੰ 1.5 ਸਾਲ ਤੋਂ ਕੈਦ ਕਰਕੇ ਰੱਖਿਆ ਹੋਇਆ ਸੀਗਾ, ਅਤੇ ਆਪਣੀ ਮਰਜ਼ੀ ਨਾਲ ਬੁਲਵਾ ਰਹੇ ਸੀ, ਸਭ ਕੁਛ ਕਰਵਾ ਰਹੇ ਸੀਗੇ ਜੀ। ਅਤੇ ਇਹਨਾਂ ਨੇ ਜੀ ਲਾਸਟ ਦਿਨ ਜਦੋਂ ਬਾਬਾ ਜੀ ਨੂੰ ਹੋਸਪਿਟਲ 'ਚ ਲੈ ਕੇ ਗਏ ਇਹ ਜੀ, ਬਾਬਾ ਜੀ ਦੀ ਪਰਸਨਲ ਗੱਡੀ 'ਤੇ ਨਹੀਂ ਲੈ ਕੇ ਗਏ ਜੀ। ਇਹ ਬਾਬਾ ਜੀ ਨੂੰ ਡੇਰੇ ਦੇ ਪਿਛਲੇ ਗੇਟ ਰਾਹੀਂ ਕੱਚੇ ਰਸਤੇ ਲੈ ਕੇ ਗਏ ਜੀ, ਅਤੇ ਬਾਜੀਤਪੁਰ ਡੇਰੇ ਤੋਂ ਲੈ ਕੇ ਗਏ ਜੀ। ਅਤੇ ਫਿਰ ਇਹਨਾਂ ਨੇ ਜੀ ਮੈਕਸ ਹੋਸਪਿਟਲ ਵਿੱਚ ਇੱਕ ਇਹ ਕਹਿ ਰਿਹਾ ਵੀ ਅਸੀਂ ਉੱਥੇ ਐਡਮਿਟ ਕਰਵਾਇਆ ਜੀ, ਅਤੇ ਉੱਥੇ ਐਡਮਿਟ ਕਰਵਾਇਆ, ਫਿਰ ਉੱਥੇ 21 ਤਰੀਕ ਨੂੰ ਇੱਕ ਰਿਪੋਰਟ ਹੋਸਪਿਟਲ ਵੱਲੋਂ ਜਾਰੀ ਹੁੰਦੀ ਆ ਵੀ ਬਾਬਾ ਜੀ ਦਾ ਹਾਰਟ ਫੇਲ ਹੋ ਗਿਆ ਜੀ। ਜਦੋਂ ਬਾਬਾ ਜੀ ਦਾ ਹਾਰਟ ਫੇਲ ਹੋ ਗਿਆ ਸੀਗਾ ਤਾਂ ਹਾਰਟ ਫੇਲ ਹੋਣ ਤੋਂ ਬਾਅਦ 1 ਜਾਂ 2 ਦਿਨ ਤੱਕ ਬੰਦਾ ਵੈਂਟੀਲੇਟਰ 'ਤੇ ਰਹਿ ਸਕਦਾ ਜੀ, ਅਤੇ ਉਦੋਂ ਬਾਅਦ ਜਿੰਦਾ ਤਾਂ ਨਹੀਂ ਰਹਿ ਸਕਦਾ ਜੀ। ਫਿਰ ਇਹ ਇੱਕ ਦਾਅਵਾ ਕਰ ਰਿਹਾ ਵੀ ਅਸੀਂ ਜੀ 1 ਤਰੀਕ ਨੂੰ ਰਾਤ ਨੂੰ ਲੈ ਕੇ ਆਏ ਜੀ, ਵੀ ਹੋਸਪਿਟਲ ਨੇ ਭੇਜਿਆ ਸਾਨੂੰ, ਡਿਸਚਾਰਜ ਦਿੱਤਾ ਜੀ। ਅਤੇ ਕਹਿਣ ਦਾ ਮਤਲਬ ਜਦੋਂ ਰਿਪੋਰਟ ਦੇ ਅਨੁਸਾਰ 21 ਤਰੀਕ ਨੂੰ 22 ਤਰੀਕ ਨੂੰ ਚੋਲਾ ਛੱਡਤਾ ਸੀਗਾ ਬਾਬਾ ਜੀ ਨੇ, ਅਤੇ ਫਿਰ ਇੰਨੇ ਦਿਨ ਬਾਬਾ ਜੀ ਨਾਲ ਕੀ ਕੀਤਾ, ਕਿੱਥੇ ਰੱਖਿਆ, ਅਤੇ ਬਾਬਾ ਜੀ ਦੀ ਬੋਡੀ ਜਦੋਂ ਅਸੀਂ ਉਹ ਦਰਸ਼ਨ ਕਰਨ ਗਏ ਹਾਂ ਉਸ ਦਿਨ 1 ਤਰੀਕ ਨੂੰ ਜੀ, ਬਾਬਾ ਜੀ ਦੀ ਬੋਡੀ ਬਿਲਕੁਲ ਖਰਾਬ ਹੋ ਚੁੱਕੀ ਸੀ, ਗਲ ਸੜ ਚੁੱਕੀ ਸੀਗੀ ਜੀ। ਅਤੇ ਇਹਨਾਂ ਨੇ ਬਾਬਾ ਜੀ ਦੇ ਨਾਲ, ਅਸੀਂ ਇਹੀ ਚਾਹੁੰਦੇ ਵੀ ਇਹਨਾਂ ਨੇ ਬਾਬਾ ਜੀ ਦੇ ਨਾਲ ਕੀ ਕੀਤਾ ਜੀ, ਅਤੇ ਉਹ ਹੋਸਪਿਟਲ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵਰਿੰਦਰ ਦੇ ਸਾਥੀ ਆ ਅੰਨਿਆ ਇਹਦੇ ਨਾਲ ਰਹਿਣ ਵਾਲੇ ਜੋ ਬਾਬਾ ਜੀ ਨੂੰ ਦਵਾਈ ਵਗੈਰਾ ਦਿੰਦੇ ਸੀਗੇ ਜੀ, ਫਾਇਰਿੰਗ ਕਿਹੜੇ ਨੇ ਕੀਤੀ ਸੀ ਤੁਸੀਂ ਜਾਣਦੇ ਹੋਵੋਗੇ, ਡੇਰੇ ਜਾਂਦੇ ਹੋ ਤਾਂ? ਉਹ ਵਰਿੰਦਰ ਦਾ ਭਰਾ ਸੀਗਾ ਜੀ। ਕੀ ਨਾਮ ਹੈ ਉਹਨਾਂ? ਬਲਕਾਰ ਬਡਹੋਲਾ, ਇਹ ਜਿਹਾ ਇੱਦਾਂ ਦਾ ਨਾਮ ਉਹਦਾ ਜੀ। ਅਤੇ ਉਹ ਔਰ ਇਹ ਸਾਰਾ ਕੁਛ ਵਰਿੰਦਰ ਤਾਂ ਕਹਿੰਦਾ ਕਿ ਮੈਂ ਉੱਥੋਂ ਬਚਪਨ ਤੋਂ ਰਹਿ ਰਿਹਾ, ਮੈਂ ਬਾਬਾ ਜੀ ਦੀ ਕਦਰ ਕਿਉਂ ਨਹੀਂ ਕੀਤੀ? ਕਹਿੰਦਾ ਲੋਕ ਮੇਰੇ 'ਤੇ ਸਵਾਲ ਚੱਕਦੇ ਆ ਕਿ ਤੁਸੀਂ ਇਲਾਜ ਲਈ ਲੈ ਕੇ ਨਹੀਂ ਗਏ ਸਿੰਘਾਪੁਰ,
ਜਾਂ ਅਮਰੀਕਾ ਲੈ ਕੇ ਜਾਣਾ ਚਾਹੀਦਾ ਸੀ, ਕਿਉਂਕਿ ਤੁਸੀਂ ਡੇਰੇ ਦੇ ਮਹਾਤਮਾ ਨੂੰ ਬਚਾਉਣਾ, ਉਹ ਉਹਨਾਂ ਦੀ ਜਿਹੜੀ ਆਸਥਾ ਲੱਖਾਂ ਸ਼ਰਧਾਲੂਆਂ ਦੀ ਉਹਨਾਂ ਨਾਲ ਜੁੜੀ ਹੋਈ ਆ, ਉਹਦਾ ਵੀ ਕਿਤੇ ਨਾ ਕਿਤੇ ਮਸਲਾ। ਉਹ ਕਹਿੰਦੇ ਮੈਂ ਕੀਤਾ, ਮੈਂ ਸਾਰੇ ਇਲਾਜ ਕਰਵਾਏ ਨੇ। ਨਹੀਂ ਜੀ, ਜੇ ਸਾਰੇ ਇਲਾਜ ਕਰਵਾਏ ਹੁੰਦੇ ਤਾਂ ਬਿਆਸ ਵਾਲੇ ਬਾਬਾ ਜੀ ਬਿਮਾਰ ਸੀਗੇ, ਉਹਨਾਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਉਹਨਾਂ ਦੇ ਇਲਾਜ ਹੋਏ ਆ ਜੀ, ਤਾਂ ਇਹ ਇੱਥੇ ਦਿੱਲੀ ਵਗੈਰਾ ਛੋਟੇ ਹੋਸਪਿਟਲਾਂ ਵਿੱਚ ਰੱਖੀ ਬੈਠਾ ਰਿਹਾ ਜੀ, ਅਤੇ ਆਪਣੇ ਵਾਸਤੇ ਉੱਥੇ ਕੋਈ ਪੈਸੇ ਦੀ ਕਮੀ ਨਹੀਂ ਸੀ, ਕੋਈ ਚੀਜ਼ ਦੀ ਕਮੀ ਨਹੀਂ ਸੀਗਾ ਜੀ। ਇਹ ਆਪਣੇ ਗੀਤ ਸੰਗੀਤ 'ਤੇ ਲੱਖਾਂ ਕਰੋੜਾਂ ਡੇਰੇ ਦਾ ਖਰਚ ਕਰ ਰਿਹਾ ਜੀ, ਅਤੇ ਕੀ ਜਦੋਂ ਬਾਬਾ ਜੀ ਨੂੰ 1.5 ਸਾਲ ਤੋਂ ਅਸੀਂ ਦਰਸ਼ਨ ਨਹੀਂ ਕਰ ਰਹੇ ਸੀ ਉਹਨਾਂ ਦੇ, ਸਾਨੂੰ ਪਤਾ ਨਹੀਂ ਸੀ ਵੀ ਉਹ ਅੰਦਰ ਕਿਵੇਂ ਹੈ ਕਿਵੇਂ ਨਹੀਂ ਜੀ, ਤਾਂ ਇਹ ਬਾਹਰ ਲਿਜਾ ਕੇ ਇਲਾਜ ਕਰਵਾਉਣਾ ਸੀਗਾ ਇਹਨਾਂ ਨੇ ਜੀ, ਅਤੇ ਸੰਗਤ ਨੂੰ ਕਿਉਂ ਧੋਖੇ ਵਿੱਚ ਰੱਖਿਆ ਇਹ ਜੀ, ਅਤੇ ਕਿਉਂ ਧੋਖੇ 'ਚ ਰੱਖਿਆ ਜੀ? ਫਿਰ ਤੁਸੀਂ ਉਹਨਾਂ ਨੇ 21 ਤਾਰੀਖ ਕੋਈ ਨਾ, ਤੁਹਾਡਾ ਨਾਮ ਭਾਈ ਸਾਹਿਬ? ਮੇਰਾ ਜਸਦੇਵ ਬਿਸ਼ਨੋਈ ਹੂੰ ਮੈਂ, ਡੇਰਾ ਜਗਮਾਲ ਵਾਲੀ 1998 ਮੈਂ ਆਇਆ ਥਾ, ਮੇਰਾ ਮੈਨੇਜਰ ਸਾਹਿਬ ਸੇ ਨਾਮ ਲਿਆ ਹੁਆ, ਮੇਰਾ ਪਰਿਵਾਰ ਸਾਰਾ ਹੈ, ਮੈਂ ਮਹਿਮਦਪੁਰੋਈ ਸੇ ਹੂੰ, ਮੇਰਾ ਪਰਿਵਾਰ ਮਸਤਾਨਾ ਜੀ ਕੇ ਟਾਈਮ ਸੇ ਜੁੜਿਆ ਹੁਆ ਹੈ, ਮੈਂ ਮਸਤਾਨਾ ਜੀ ਕੀ ਸਾਰੀ ਡਿਟੇਲ ਹਮਾਰੇ ਪਰਿਵਾਰ ਕੋ ਪਤਾ ਹੈ, ਕੈਸੀ ਗੱਦੀ ਕਹਾਂ ਸੇ ਕੈਸੇ ਚਲੀ ਹੈ। ਜੋ ਇਹ ਵਰਿੰਦਰ ਹੈ, ਇਹ 1994 ਮੈਂ ਆਇਆ ਥਾ, ਮੈਨੇਜਰ ਸਾਹਿਬ ਜੀ ਬੋਲੇ ਬੇਈਮਾਨ ਇਹਨੂੰ ਕੱਢ ਦੇਈ ਨਹੀਂ ਤੇਰੀਆਂ ਮਿੱਟੀ ਪਲੀਤ ਕਰ ਦੂੰਗਾ, ਤੋ ਵਕੀਲ ਸਾਹਿਬ ਜੀ ਕਾ ਇਸਕੇ ਸਾਥ ਬਹੁਤ ਜ਼ਿਆਦਾ ਮੋਹ ਹੋਤਾ, ਜਿਸਮੇ ਇੱਕ ਹਮਾਰੀ ਗੋਰੀਆ ਗੱਦੀ ਚਲਤੀ ਹੈ, ਬ੍ਰਾਂਚ ਚਲਤੀ ਹੈ ਇਸ ਡੇਰੇ ਕੀ, ਉਸ ਪਰ ਗੋਰ ਹੈ ਚੰਦ ਮਹਾਤਮਾ ਜੀ, ਉਹ ਇੱਕ ਕਸ਼ਟ ਮੈਂ ਕਹਤੇ ਹੈ, ਜੋ ਵਕੀਲ ਸਾਹਿਬ ਕੇ ਸਾਹਮਣੇ ਜੋ ਆਜ ਹੀ ਆਗੂ ਬਣੇ ਫਿਰਤੇ ਹੈ, ਇਹ ਮੈਨੇਜਰ ਸਾਹਿਬ ਕੇ ਸਾਹਮਣੇ ਨਹੀਂ ਆਤੇ ਥੇ, ਉਨਕੋ ਦੇਖਤੀ ਟੱਟੀ ਮੇਂ ਲੁਕ ਜਾਤੇ ਥੇ, ਕਿਉਂ ਇਸ ਲਈ ਲੁਕਤੇ ਥੇ, ਮੈਨੇਜਰ ਸਾਹਿਬ ਜੀ ਇਨਕੋ ਦੇਖਣਾ ਪਸੰਦ ਹੀ ਨਹੀਂ ਕਰਤਾ ਥੇ, ਇਹ ਕੋਈ ਸੇਵਾ ਸਿਮਰਨ ਨਹੀਂ ਕਰਤੇ ਥੇ, ਸਾਰੇ ਦਿਨ ਡੇਰੇ ਮੇਂ ਅਵਾਰਾਗਰਦੀ ਕਰਤੇ ਥੇ, ਇਨਕਾ ਬਾਪ ਬਾਹਰ ਪੀਸੀਓ ਮੇਂ ਬੈਠ ਕੇ ਸ਼ਰਾਬ ਪੀਤੇ ਥੇ, ਡੇਰੇ ਮੇਂ ਸ਼ਰਾਬ ਪੀਣਾ ਮੀਟ ਮਾਸ ਖਾਣਾ ਇਹ ਅਲਾਊਡ ਹੈ ਹੀ ਨਹੀਂ। ਵਹਾਂ ਮੈਨੇਜਰ ਸਾਹਿਬ ਸਾਰੇ ਸਾਧੂਆਂ ਕੋ ਇੱਕ ਟਾਈਮ ਰੋਟੀ ਦੇਤੇ ਥੇ, ਰਾਤ ਕੋ 12 ਵਜੇ ਕੋਕ ਬਣਾ ਕੇ ਸਾਰੀ ਰਾਤ ਸਾਧੂਆਂ ਕੋ ਜਗਾ ਕੇ ਜਗਾਤੇ ਥੇ, ਰਾਤ ਦਿਨ ਅਭਿਆਸ ਕਰਾਤੇ ਥੇ ਪਰਮਾਤਮਾ ਕੀ ਅੰਦਰ ਖੋਜ ਕਰਨ ਲਈ। ਇਹ ਤਾਂ ਉਹਨਾਂ ਦੀ ਪ੍ਰੈਕਟਿਸ ਆ, ਮੈਨੇਜਰ ਸਾਹਿਬ ਜਿਹੜੇ ਵਕੀਲ ਸਾਹਿਬ ਤੋਂ ਪਹਿਲਾਂ ਸੀਗੇ, ਉਹਨਾਂ ਦੀ ਪ੍ਰੈਕਟਿਸ ਆ, ਪਰ ਇਹ ਜਿਹੜਾ ਮੌਜੂਦਾ ਸਮੀਕਰਨ ਹੈ ਇਹਦੇ ਬਾਰੇ ਦਰਸ਼ਕਾਂ ਨੂੰ ਇਸਕਾ ਸਾਰਾ ਡਿਟੇਲ ਮੈਂ ਦੱਸ ਰਿਹਾ ਹਾਂ ਤੁਹਾਨੂੰ। ਤੋ ਇਹ ਜੋ 1998 ਮੈਂ ਮੈਨੇਜਰ ਸਾਹਿਬ ਨੇ ਇਨਕੋ ਗੱਦੀ ਦੇ ਦੀ ਥੀ, 2-3 ਸਾਲ ਪਹਿਲੇ ਬੋਲ ਦੀ ਮੈਨੇਜਰ ਸਾਹਿਬ ਨੇ, ਚੋਲਾ ਛੋੜਤੇ ਹੀ ਗੱਦੀ ਪਰ ਬੈਠ ਗਏ, ਗੱਦੀ ਪਰ ਬੈਠ ਕੇ ਤੋ ਇਹ ਧੀਰੇ ਧੀਰੇ ਸਭ ਸਾਧੂਆਂ ਕੋ ਸਾਈਡ ਮੇਂ ਕਰਕੇ ਧੀਰੇ ਧੀਰੇ ਇਹ ਬਾਬਾ ਜੀ ਕੇ ਨਜ਼ਦੀਕ ਹੋਤੇ। ਬਾਬਾ ਜੀ ਕੇ ਵਰਿੰਦਰ ਬਹੁਤ ਸੇਵਾ ਕਰਦਾ ਹੈ, ਦੇਖੋ ਵੀ ਕੈਸੇ ਵਿਵਸਥਾ ਚਲਾ ਰਿਹਾ, ਕਿਉਂ ਸਾਰੇ ਸਾਧੂਆਂ ਕੋ ਨਿਕਾਲ ਦੀਏ, ਲਾਲ ਬੱਤੀ ਲਗਾ ਲਈ ਜਿਪਸੀਓ ਪਰ, ਲਾਲ ਬੱਤੀ ਮਿਲੀ ਨਹੀਂ ਹੋਈ ਥੀ ਇਨਕੋ, ਪੁਰਾਣੀ ਵੀਡੀਓ ਨਿਕਾਲ ਕੇ ਦੇਖੋ, ਹਾਂ ਬੜਾ ਸ਼ੌਂਕ ਹੈ ਇਨਕੋ ਲਾਲ ਬੱਤੀਓ ਕੇ, ਇੱਕ ਵਾਂ ਗਏ ਇਹ ਸ਼ਿਮਲਾ ਵਾਂ, ਸਾਰੀ ਗੱਡੀਆਂ ਪਰ ਲਾਲ ਬੱਤੀ ਲਗਾ ਰੱਖੀ ਇਹਨਾਂ ਨੇ, ਸਾਰੀ ਗੱਡੀਆਂ ਪਰ ਲਾਲ ਬੱਤੀ ਕੋਈ ਅਲਾਊਡ ਹੈ ਹੀ ਨਹੀਂ, ਇਹ ਇਨਕਾ ਸ਼ੁਰੂ ਦਿਨ ਸੇ ਸ਼ੌਂਕ ਥਾ ਵੀ ਇਸੇ ਲਾਲ ਗੱਡੀਆਂ ਲਾਲ ਬੱਤੀ ਵਾਲੀ ਗਾਡੀ ਤੇਰੇ ਪਿੱਛੇ ਅੱਗੇ ਪਿੱਛੇ ਚਲੇ, ਸ਼ੁਰੂ ਦਿਨ ਸੇ ਸ਼ੌਂਕ ਥਾ, ਕਿਉਂ ਇਨਕਾ ਨਾ ਇਹ ਘਰ ਪੇ ਇਨਕੇ ਕੁਛ ਥਾ ਹੀ ਨਹੀਂ, ਗਰੀਬ ਪਰਿਵਾਰ ਸੇ ਥੇ ਵਿਚਾਰੇ, 1.5 ਕਿੱਲਾ ਜ਼ਮੀਨ ਆ ਖੁਦ ਮੰਨਦੇ ਆ, ਹਾਂ ਹਾਂ 1.5 ਕਿੱਲਾ ਜ਼ਮੀਨ, ਅਬ ਇਨਕੇ ਪਾਸ 30-30 ਏਕੜ ਕੇ ਫਾਰਮ ਹਾਊਸ ਲੰਬਾ ਚੌੜਾ ਮਤਲਬ ਬਹੁਤ ਪ੍ਰੋਪਰਟੀ ਜੋੜ ਰੱਖੀ, ਅਗਰ ਜਿਨਕੇ CBI ਜਾਂਚ ਹੋ ਨਾ ਸਰਕਾਰ, ਤੋ ਸਭ ਪਤਾ ਲੈ, ਸਰਕਾਰ ਕੀ ਆਂਖੋਂ ਮੇਂ ਧੂਲ ਜੋ ਕਿਆ, ਸਾਧੂ ਕਾ ਚਿਹਰਾ ਬਣਾ ਕੇ ਸਰਕਾਰ ਕੇ ਸਾਹਮਣੇ ਆਏ ਹੈ, ਇਹ ਮੋਦੀ ਜੀ ਕੀ ਆਂਖੋਂ ਮੇਂ ਧੂਲ ਜੋ ਕਿਆ, ਇਨਕੇ ਭਾਈ ਨੇ ਇਸਕੇ ਭਾਈ ਕਾ ਡਾਟਾ ਪਤਾ ਕਰੇ ਤੋ ਪਤਾ ਲੱਗ ਜਾਏ, ਫੋਟੋ ਖਿੱਚਵਾ ਕੇ ਫੋਟੋ ਦਿਖਾਤਾ ਫਿਰ ਰਿਹਾ, ਮੇਰੇ ਮੋਦੀ ਜੀ ਕੇ ਸਾਥ ਫੋਟੋ ਹੈ, ਸੰਗਤ ਕੋ ਦਿਖਾਤਾ ਮੇਰੇ ਮੋਦੀ ਜੀ ਕੇ ਸਾਥ, ਮੋਦੀ ਜੀ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਹੋ ਰਹੀ ਹੈ ਸੰਗਤ ਦੇ, ਹਾਂ ਹਾਂ ਮੋਦੀ ਜੀ ਕੋ ਬਦਨਾਮ ਕਰਿਆ, ਖੱਟਰ ਜੀ ਕੋ ਧੋਖੇ ਮੇਂ ਰੱਖਿਆ ਗਿਆ, CM ਸਾਹਿਬ ਕੋ, RSS ਕੋ ਧੋਖੇ ਮੇਂ ਰੱਖਿਆ ਇਸਨੇ, ਉਨਕੋ ਬੁਲਾ ਬੁਲਾ ਕੇ ਕੈਂਪ ਕੋ ਲਗਾ ਲਗਾ ਕੇ, RSS ਡੇਰੇ ਆਉਂਦੀ ਸੀ, RSS 3-4 ਵਾਰ ਡੇਰੇ ਮੇਂ ਇਸਨੇ ਕੈਂਪ ਲਗਵਾਏ ਵਰਿੰਦਰ ਨੇ,
ਆਰਐਸਐਸ ਦਾ ਪਹਿਲਾਂ ਤਾਂ ਮੈਂ ਨਹੀਂ ਸੁਣਿਆ ਸੀ ਡੇਰੇ ਦੇ ਵਿੱਚ ਕੋਈ ਲੱਗਦਾ ਕੈਂਪ। ਮੈਨੇਜਰ ਸਾਹਿਬ ਜੀ ਕੇ ਟਾਈਮ, ਮੈਨੇਜਰ ਸਾਹਿਬ ਜੀ ਤੋਂ ਨਹੀਂ, ਬਾਬਾ ਜੀ ਮੈਨੇਜਰ ਸਾਹਿਬ ਕੇ ਟਾਈਮ ਤੋਂ ਕੋਈ ਵੀ ਨਹੀਂ ਆਤਾ ਥਾ, ਯੇ ਵਰਿੰਦਰ ਕੇ ਥਰੂ ਆਏ। ਬਾਬਾ ਜੀ ਨੇ ਵੀ ਇਨਕੋ ਨਹੀਂ ਬੁਲਾਇਆ ਕਿਸੀ ਕੋ, ਵੋ ਤੋ ਭਗਤੀ ਮੇਂ ਲੀਨ, 20-20 ਘੰਟੇ ਬੈਠਤੇ ਥੇ, 20 ਘੰਟੇ ਬੈਠੇ ਚਾਹੇ ਪਾਣੀ ਪੀਆ, ਫਿਰ 20 ਘੰਟੇ ਬੈਠ ਕੇ, 20 ਘੰਟੇ ਬੈਠੇ ਚਾਹੇ ਪਾਣੀ ਪੀਆ, ਫਿਰ 20, ਉਹ ਤਾਂ 20 ਘੰਟੇ ਤੱਕ ਹਿਲਤੇ ਹੀ ਨਹੀਂ ਥੇ, ਵੋ ਤੋ ਸਰੀਰ ਛੋੜ ਕੇ ਚਲੇ ਜਾਤੇ ਥੇ। ਤੁਸੀਂ ਕਹਿੰਦੇ ਵਰਿੰਦਰ ਜੀ ਨੇੜੇ ਹੋ ਗਏ ਵਕੀਲ ਸਾਹਿਬ ਦੇ, ਔਰ ਉਹਨਾਂ ਨੇ ਅੱਖਾਂ 'ਚ ਘੱਟਾ ਪਾਇਆ ਵਕੀਲ ਸਾਹਿਬ ਦੇ, ਆਂਖੋਂ ਮੇਂ ਉਨਕੋ ਕੈਪਚਰ ਕਰ ਲਿਆ, ਉਨਕੇ ਕਲੋਜ਼ ਚਲੇ ਗਏ, ਗਾਣਾ ਗਾਤੇ ਥੇ ਡੇਰੇ ਮੇਂ ਕਾਮ ਕਿਆ ਥਾ ਵਰਿੰਦਰ ਜਬ ਆਇਆ? ਵਰਿੰਦਰ ਕਾ ਗਾਣੇ ਕਾ ਕਾਮ ਥਾ, ਸ਼ਬਦ ਗਾਣੇ ਕਾ, ਸ਼ਬਦ ਗਾਤਾ ਥਾ, ਯੇ ਪਾਠੀ ਥਾ, ਕਿਤਾਬੇ ਪੜ੍ਹਤਾ ਥਾ, ਹੈਂ ਕੱਪੜੇ ਧੋਤਾ ਥਾ ਬਾਬਾ ਜੀ ਕੇ, ਯੇ ਕਾਮ ਥਾ ਇਸਕਾ। ਡਰਾਈਵਰ ਬਾਅਦ ਮੇਂ ਧੀਰੇ ਧੀਰੇ ਔਰ ਕਿਸੀ ਕੋ ਲਗਾ ਦਿਆ ਇਸਨੇ, ਫਿਰ ਯੇ ਡਰਾਈਵਰ ਬਣ ਗਿਆ ਬਾਬਾ ਜੀ ਕਾ। ਡਰਾਈਵਰ ਬਣਨੇ ਕੇ ਬਾਅਦ ਮੇਂ ਇਸਨੇ ਧੀਰੇ ਧੀਰੇ ਬਾਬਾ ਜੀ ਕੇ ਪਾਸ, ਅਬ ਇਤਨੇ ਕਮਾਈ ਵਾਲੇ ਸੰਤ ਥੇ ਤੋ ਸਾਰੇ ਦਰਸ਼ਨ ਕਰਨੇ ਆਤੇ ਹੈ, ਲੀਡਰ ਵੀ ਆਤੇ ਹੈ ਸਾਰੇ, ਚੁਟਾਲਾ ਸਾਹਿਬ ਵਗੈਰਾ ਸਾਰੇ ਲੀਡਰ ਆਤੇ ਥੇ ਇਨਕੇ ਪਾਸ ਦਰਸ਼ਨ ਕਰਨੇ, ਤੋ ਇਨ ਸਭਸੇ ਇਨਨੇ ਧੀਰੇ ਧੀਰੇ ਜੋ ਜੋ ਅੱਛਾ ਲੱਗਿਆ ਇਨਕੋ ਵੀ ਯੇ ਤੇਰੇ ਕਾਮ ਆਏਗਾ, ਉਨ ਸਭਸੇ ਇਸਨੇ ਲਿੰਕ ਬਣਾ ਲਈ, ਰਾਜਨੀਤਿਕ ਲਿੰਕ ਕਨੈਕਸ਼ਨ ਸੈੱਟ ਕਰ ਲਈ। ਹਾਂ ਕਨੈਕਸ਼ਨ ਸੈੱਟ। ਵਕੀਲ ਸਾਹਿਬ ਇੱਦਾਂ ਕੋਈ ਰਾਜਨੀਤਿਕ ਡੇਰੇ ਦਾ ਨਹੀਂ ਕਰਦੇ ਸੀ? ਹਮਾਰੇ ਡੇਰੇ ਕੇ ਤੋ ਸਾਧੂ ਵੋਟ ਹੀ ਨਹੀਂ ਡਾਲਤੇ ਥੇ ਮੈਨੇਜਰ ਸਾਹਿਬ, ਸਾਧੂਓਂ ਕੋ ਆਜ ਤੱਕ ਜਗਮਾਲ ਵਾਲੀ ਇਤਿਹਾਸ ਉਠਾ ਕੇ ਦੇਖੋ, ਬਾਬਾ ਜੀ ਨੇ ਸਾਧੂਓਂ ਨੇ ਕਿਸੀ ਨੇ ਵੋਟ ਡਾਲਿਆ ਨਹੀਂ ਕਭੀ ਜਗਮਾਲ ਵਾਲੀ। ਪੂਰਨ ਜੀ, ਮਹਾਤਮਾ ਜੀ ਜਿਤਨੇ ਜੋ ਪਹਿਲੇ ਚਲੇ ਗਏ, ਚੋਲਾ ਛੋੜ ਗਏ ਹੈ, ਉਨਕਾ ਆਪ ਦੇਖ ਲਓ ਵੋਟਰ ਲਿਸਟ ਨਿਕਾਲ ਕੇ ਉਹਨਾਂ ਨੇ ਕਭੀ ਵੋਟ ਡਾਲਿਆ ਉਹ ਤੋਂ। ਤਾਂ ਵਰਿੰਦਰ ਦੇ ਆਉਣ ਨਾਲ ਰਾਜਨੀਤਿਕ ਲਿੰਕ ਬਣਨੇ ਸ਼ੁਰੂ ਹੋਏ ਡੇਰੇ? ਵਰਿੰਦਰ ਨੇ ਰਾਜਨੀਤੀ ਡੇਰੇ ਮੇਂ ਘੁਸਾਈ ਹੈ, ਇਸਨੇ ਹੀ ਸਾਰਾ ਡੇਰੇ ਕਾ ਮਾਹੌਲ ਖਰਾਬ ਕਰਿਆ ਵਰਿੰਦਰ ਨੇ। ਤਾਂ ਹੁਣ ਗੱਦੀ ਦਾ ਕੀ ਰੌਲਾ ਹੈ? ਗੱਦੀ ਨੂੰ ਲੈ ਕੇ ਮਹਾਰਾਜ ਦਾ, ਤੁਸੀਂ ਕਹਿੰਦੇ ਹੋ ਤੁਹਾਡੇ ਮਹਾਰਾਜ ਨੇ, ਤੁਸੀਂ ਸਤਿਕਾਰਯੋਗ ਉਹਨਾਂ ਨੂੰ ਕਹਿੰਦੇ ਹੋ ਗੁਰੂ ਜੀ ਤੁਹਾਡੇ, ਉਹਨਾਂ ਦਾ ਤਾਂ ਅਜੇ ਭੋਗ ਵੀ ਨਹੀਂ ਪਿਆ ਰੌਲਾ? ਇਹ ਦੇਖੋ, ਇਹ ਗੱਦੀ ਬਿਸ਼ਨੋਈਓ ਕੋ ਬਾਬਾ ਜੀ ਦੇ ਗਏ ਥੇ, ਇਹ ਪਵਿੱਤਰ ਪੱਗ ਸਰਦਾਰੋਂ ਕੀ ਬਿਸ਼ਨੋਈਓ ਕੇ ਸਰ ਪੇ ਬਾਬਾ ਜੀ ਬਾਂਧ ਕੇ ਗਏ ਥੇ, ਇਹਨਾਂ ਨੇ ਬਿਸ਼ਨੋਈਓ ਸਮਾਜ ਕੇ ਸੰਤੋਂ ਕੀ ਹੱਤਿਆ ਕਰੀ ਹੈ, ਬਿਸ਼ਨੋਈ ਤੋਂ ਹਿਰਨ ਮਾਰਨਾ, ਰੁੱਖ ਕੱਟਣਾ, ਦਰਖਤ ਕਾਟਣਾ, ਹਰੇ ਦਰਖਤ ਨਹੀਂ ਕਾਟਣੇ ਦਿੱਤੇ ਆਪਣੇ ਸਾਹਮਣੇ, ਇਹਨਾਂ ਨੇ ਬਿਸ਼ਨੋਈਆਂ ਕੋ ਭਾਵਨਾਓਂ ਕੋ ਠੇਸ ਪਹੁੰਚਾਈ ਹੈ, ਇਸੇ ਬਿਸ਼ਨੋਈ ਸਮਾਜ ਕੋ ਬੜਾ ਦੁੱਖ ਪਹੁੰਚਿਆ ਹੈ, ਬੜੇ ਬੜੇ ਸਾਧੂ ਸੰਤ ਬਿਸ਼ਨੋਈ ਸਮਾਜ ਕੇ ਇਸ ਮਹਾਰਾਜ ਜੀ ਕੇ ਲੀਏ ਰੋ ਰਹੇ ਹੈ, ਸਭ ਮੇਰੇ ਕੋ ਵੀ ਇਨਕੇ ਲੀਏ, ਮੇਰੇ ਕੋ ਪਹਿਲੇ ਵੀ ਮੀਡੀਆ ਆ ਕੇ ਮੈਂ ਬੋਲ ਨਹੀਂ ਪਾ ਰਿਹਾ, ਮੇਰੇ ਕੋ ਰੋਣਾ ਆ ਰਿਹਾ ਅੰਦਰ ਸੇ। ਨਹੀਂ ਚਲੋ, ਸੰਗਤ ਦੇ ਵਿੱਚ ਸਹੀ ਗੱਲ ਜਾਣੀ, ਸਹੀ ਮੈਸੇਜ ਜਾਣਾ ਵੀ ਬਹੁਤ ਜ਼ਰੂਰੀ ਹੈ। ਜੇ ਵਰਿੰਦਰ ਉੱਥੇ ਗੱਦੀ ਦਾ ਦਾਅਵਾ ਕਰ ਰਿਹਾ, ਲੋਕ ਅੱਜ ਇਹ ਸੋਚਣਗੇ ਕਿ ਤੁਸੀਂ ਵੀ ਬਿਸ਼ਨੋਈ ਸਮਾਜ ਦਾ ਸਹਾਰਾ ਲੈ ਕੇ ਗੱਦੀ ਦਾ ਦਾਅਵਾ ਕਰ ਰਹੇ ਹੋ। ਗੱਦੀ ਕਿਹਨੂੰ ਮਿਲਣੀ ਚਾਹੀਦੀ ਹੈ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਸੱਚਾ ਕੌਣ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਿਵੇਂ ਹੋਏਗਾ? ਇਹ ਤੋਂ ਸਾਰੀ ਸਾਧ ਸੰਗਤ ਬੈਠੇਗੀ, ਹਮਾਰੀ ਜੋ ਗੱਦੀਆਂ ਚਲਤੀ ਹੈ, ਰੋਸ਼ਨ ਮਹਾਤਮਾ ਜੀ ਕੇ ਆਸਿਕ, ਮਸਤਾਨਾ ਜੀ ਕੇ ਆਸਿਕ ਥੇ ਰੋਸ਼ਨ ਮਹਾਤਮਾ ਜੀ, ਉਨਕੀ ਗੱਦੀ ਪੇ ਸੈਸ਼ਨ ਜੱਜ ਰੋਹਤਾਸ ਜੀ ਬੈਠੇ ਹੋਏ ਹੈ, ਔਰ ਗੱਦੀ ਗੋਰੀਵਾਲਾ ਚੱਲ ਰਹੀ ਹੈ ਹਮਾਰੀ, ਔਰ ਕੋਈ ਸਾਧੂ ਸੰਤ ਮਸਤਾਨਾ ਜੀ ਕੇ ਟਾਈਮ ਕੇ ਹੈ, ਉਹ ਸਾਰੇ ਸਾਧੂ ਸੰਤ ਮਹਾਤਮਾ ਬੈਠੇਗੇ, ਔਰ ਸਾਧੂ ਸੰਤ ਮਹਾਸਭਾ ਬੁਲਾਈ ਜਾਏਗੀ ਬਿਸ਼ਨੋਈਓ ਕੀ ਤਰਫ ਸੇ, ਸਾਧੂ ਸੰਤ ਸਾਰੇ ਇਕੱਠੇ ਹੋਣਗੇ, ਉਹ ਸਾਧੂ ਸੰਤ ਜੋ ਸਾਰੇ ਇਕੱਠੇ ਹੋ ਕੇ ਨਿਰਣੇ ਲੈਣਗੇ। ਮੈਨੇਜਰ ਸਾਹਿਬ ਤਾਂ ਮੈਂ ਜਿੱਥੋਂ ਤੱਕ ਉਹਨਾਂ ਬਾਰੇ ਸੰਗਤ ਤੋਂ ਸੁਣਿਆ, ਉਹ ਕਿਸੇ ਖਾਸ ਕਿਸੇ ਵਿਸ਼ੇਸ਼ ਸਮਾਜ ਜਾਂ ਯਾਤ 'ਤੇ ਉਹ ਸਭ ਨਹੀਂ ਸੀ, ਸਾਰਿਆਂ ਨਾਲ ਪਿਆਰ ਰੱਖਦੇ ਸੀਗੇ, ਪਤਾ ਨਾ ਤੁਹਾਨੂੰ ਇਸ ਗੱਲ ਨਾਲ ਬਾਬਾ ਜੀ ਪਿਆਰ ਰੱਖਦੇ ਤੇ, ਬਾਬਾ ਜੀ ਕੇ ਪਾਸ ਓਸੋ ਵਾਲੇ ਵੀ ਆਤੇ ਥੇ, ਸਿੱਖ ਵੀ ਆਤੇ ਥੇ, ਹਿੰਦੂ ਵੀ ਆਤੇ ਥੇ, ਮੁਸਲਿਮ ਵੀ ਆਤੇ ਥੇ, ਜਾਟ ਵੀ ਆਤੇ ਥੇ, ਸਾਰੇ ਗਰੀਬ ਵੀ ਆਤੇ ਥੇ, ਬਾਬਾ ਜੀ ਨਾਮ ਦੇਤੇ, ਦਲਿਤ ਵੀ ਆਤੇ ਥੇ, ਹਰ ਜਾਤ ਕਾ ਆਤਾ ਥਾ, ਫਿਰ ਜਾਤ ਵਾਲਾ ਐਂਗਲ ਕਿਆ ਹੈ? ਬਾਬਾ ਜੀ ਜਬ ਨਾਮ ਦੇਤੇ ਥੇ, ਬਾਬਾ ਜੀ ਗਏ ਆਪਣੇ ਕੋ ਜਾਤੀ ਪਾਤੀ ਸੇ ਉੱਪਰ ਉੱਠਣਾ ਹੈ, ਬਾਣੀ ਮੇਂ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਮੇਂ, ਜਾਤ ਪਾਤ ਨਾ ਬੂਝੇ ਕੋਈ, ਹਰ ਕਾ ਵਜੇ ਸੇ ਹਰ ਕਾ ਹੋਏ, ਗਰਭ ਮਾਹੀ ਕੁਲ ਨਹੀਂ ਜਾਤੀ, ਬ੍ਰਹਮ ਬਿੰਦੂ ਸੇ ਸਭ ਉਤਪਾਤੀ, ਬਈ ਸਭ ਆ ਬ੍ਰਹਮ ਪਰਮਾਤਮਾ ਕੇ ਅੰਸ਼ ਹੈ, ਆਪਾਂ ਇੱਕ ਉਸ ਪਰਮਾਤਮਾ ਕੋ ਅੰਦਰ ਲੀਨ ਕਰਨਾ ਹੈ, ਮਨੁੱਖ ਜਨਮ ਪਰਮਾਤਮਾ ਕੀ ਪ੍ਰਾਪਤੀ ਕੇ ਲੀਏ ਮਿਲਿਆ ਹੈ, ਨਾ ਕਿ ਸੜੀਅੰਤਰ ਰਚਨੇ ਕੇ ਲੀਏ ਮਿਲਿਆ ਹੈ, ਇਹ ਯਹੀਂ ਰਹਿ ਜਾਏਂਗੇ,
फिर गद्दी बड़े बड़े देखो जो साधु महात्मा होते हैं वो तो गद्दी छोड़ गए, बुद्ध बाद से ही छोड़ गया, मीरा भाई बाद से ही छोड़ गए, इब्राहिम बाद से ही छोड़ गया। एक जिक्र भी करते ये वरिंदर जी ने जड़े ये जिक्र करते ने कि एक बार वकील साहब को उन्होंने बेटा आया सीगा पैसों की मदद लई, तो वकील साहब ने कहा कि परमार्थ का पैसा उन्होंने अपने बेटे की भी मदद नहीं की। हाँ। उन्होंने बेटे ने कहा कि तुसी अपने घरों जमीन बेच दो, लाल की कमाई पर रहता था। बाबा जी मैनेजर साहब के जितने सत्संग आप सुनोगे डेरा जगमाल वाली लिख लेना यूट्यूब पर, सत्संग मैनेजर साहब की सुनो, वकील साहब की सुनो, दूध का दूध और पानी का पानी हो जाएगा। वो कैसे संत थे, वो हक लाल की कमाई पर जोर देते थे, बगैर हक लाल की महाराज जी कहते हमारे इस बात पर कोई गौर नहीं करता, बगैर हक लाल की कमाई के बगैर माल की बंदगी हो ही नहीं सकती। गुरु नानक साहब खेती करते रहे हैं, कबीर साहब भेजा गूंथते रहे हैं, रविदास जुतियाँ गांठते रहे हैं, इन फकीरों ने हक लाली कमाई करके यहाँ से काल की दुनिया से यहाँ से निकल के जाने का एक रास्ता बताया है। हम ये भूल क्यों गए? यक्ष ने दिष्टर से पूछा दुनिया में सबसे अचंभा क्या है, बोले लोगों को मरते देखते हैं जाए आते हैं पर ये मन ने दिलासा दे के रखता है मरने वाले और हैं तू नहीं मरेगा। भाई अस मानस की जात देखत ही छुप जा ज्यों तारा प्रभात, पानी का बुलबुला देखते ही फूट जाता है आदमी की, क्या पता कब मौत आ जाए हैं। और ये इतने इतने ख्याल बना रहे हैं तो ये साधु थोड़ी है, साधु तो वो है साध सोई जी ने ऐ गढ़ लेना नौ दरवाजे पर कटकी ना दसवां खोल जाए जी ना। अज तक नहीं रौला पाया जे फकीरी का मसला सी तो इस डेरे च अज तक कोई विवाद नहीं होया, ये विवाद लेटेस्ट है। मैनू बहुत सारे श्रद्धालुओं के नाल मैं गल करके ये रिपोर्ट बना रहा और मेरा मकसद ये है कि शांति बनी रहे, साडे चैनल का मकसद ये है। सुनो शांति के बारे में, हमारे हमारी साथ संगत ने कोई गाड़ियां जलाई हो रोड जाम करे हो तो बताओ, हमारे बाबा जी शांति के प्रतीक थे, इन्होंने उस शांति के दीपक को बुझा दिया धोखा दे के। एक वीडियो है जो दफना रहे हैं हम बाबा जी को, उसमें देखो जैसे बाबा जी को इन्होंने पीट के हत्या करी है, बाबा जी का एक पैर नीचे चला जाता है, कभी पैर नीचे जाता होता है जो मर जाता है तो आदमी के पांव सीधे रहते हैं, कभी जाता नीचे एक पांव ऐसे जाता है जैसे तोड़ रखे हो गोड्डे, बाबा जी मैंने नहलाया इतने बड़े बड़े गोड्डे सूज के हो रहे थे बाबा जी जैसे गोड्डे तोड़े हों। पर सच की है देखो जी तुसी भी डेरे दे विच सेवा कर रहे हो, साडा मकसद सिर्फ लोगों तक सच जाना है ते असी ओ लेके जाना चाहते हैं कि दुध का दुध तो पानी का पानी असल में थोड़े पक्ष का की है, असं दूजा पक्ष भी जाणांगे, तुसी आपदे वल्लों ओ पक्ष जरूर दर्शकों नूं दसो, हुण मसला कित्थे जे खड़ा, इहदा हल की सोचती है संगत और तुहाडे नाल किन्नी संगत इस दे विच इनवॉल्व है। आप मेरे को एक बात का उत्तर दो आप भी, भाई संत जो संत महात्मा महापुरुष चोरा छोड़ जाए उनके पास जो लांगरी जिनकी ड्यूटी लगी हुई है वो कभी बाउंसर रखते हैं? बाउंसर नहीं रखते, वो 30,000 रुपये उन बाउंसरों को दे रहे हैं, वो मीट मांस शराब खाते हैं। वाणी में तो लिखा है मांसाहारी मानुआ प्रत्यक्ष राक्षस अंग, ताकि संगत मत पड़ो पर्थ भजन में भंग, वे भजन में भंग पड़ जाएगा। और ये साधु महात्मा होके उनके साथ रहता है 24 घंटे बाउंसरों के साथ, ठीक है उसके बाद बाबा जी चलो भाई ये कहता भी 1 तारीख को छोड़ा, सात संगत कहती भाई 21 तारीख को चोला छोड़ा है, मान लेते हैं तेरी भी 1 तारीख को छोड़ा है तो तू सात संगत को दिल्ली वाले को इन्वाइट करके वहाँ बुलाता तो हो भाई बाबा जी चोला छोड़ के, रोता सात संगत के आगे, सात संगत इज्जत से बाबा जी को लेके आती, डेरे लेके आती, फूल माला से इज्जत से बाबा जी को लेके आती। ये एम्बुलेंस में अकेली बॉडी आई, एम्बुलेंस के बॉडी के साथ कोई बैठ के नहीं आया, लिया के बॉडी को नीचे धर दिया गया, बॉडी को जैसे नंगी बॉडी को लेके आया है। इन्होंने मतलब बिश्नोई समाज की भावनाओं को इतनी ठेस पहुँचाई है जिसका कोई अंदाज़ा नहीं है। चलो तुसी वैसे मैनू लगता कि एक समाज नहीं जिन्हें उत्थे हर तरह के समाज के लोग आते हैं, मैं अपने मैं मेरा पॉइंट मैं बिश्नोई हूँ, बिश्नोई हाँ, बिश्नोई समाज में
ਉਹਦੇ ਤੌਰ ਤੇ ਤੁਸੀਂ ਰੱਖ ਰਹੇ ਹੋ, ਠੀਕ ਹੈ ਠੀਕ ਹੈ, ਫਿਰ ਰੱਖ ਸਕਦੇ। ਮੈਂ ਬਿਸ਼ਨੋਈ ਹੂੰ, ਇਸ ਲਈ ਮੈਂ ਬੋਲ ਸਕਤਾ ਹੂੰ ਵੀ ਹਮਾਰੀ, ਮੈਂ ਪਤਾ ਹੈ ਹਮਾਰੀ ਭਾਵਨਾਓਂ ਕੋ ਕਿਤਨੀ ਠੇਸ ਪਹੁੰਚੀ ਹੈ, ਇਸ ਲਈ ਰੱਖ ਰਿਹਾ। ਮੇਰੇ ਕਿਸੀ ਸੇ ਵੈਰ ਵਿਰੋਧ ਨਹੀਂ, ਮੈਂ ਕੋਈ ਦੰਗੇ ਨਹੀਂ ਕਰਵਾਉਣਾ ਚਾਹਤਾ। ਹਮਾਰੇ ਮਹਾਰਾਜ ਜੀ ਸ਼ਾਂਤੀ ਕੇ ਪ੍ਰਤੀਕ ਹੈ, ਮੇਰੀ ਸਾਧ ਸੰਗਤ ਸੇ ਵੀ ਹੱਥ ਜੋੜ ਕੇ ਬੇਨਤੀ ਹੈ, ਮਹਾਰਾਜ ਜੀ ਨੇ ਆਪਣੇ ਕੋ ਭਜਨ ਸਿਮਰਨ ਕਾ ਰਸਤਾ ਬਤਾਇਆ ਹੈ, ਆਪਣੇ ਸਾਧ ਸੰਗਤ ਸਾਰੀ ਭਜਨ ਸਿਮਰਨ ਕਰਤੀ ਰਹੇ ਜੀ। ਸਤਿਗੁਰੂ ਆਪਣੇ ਆਪ ਨੇ ਸਲਾਹ, ਪਰ ਇੱਕ ਗੱਲ ਇਹ ਕਿ ਜਿਹੜਾ 1,00,000 ਰੁਪਈਆ ਵਕੀਲ ਸਾਹਿਬ ਨੇ ਪਰਮਾਰਥ ਦੇ ਰਸਤੇ ਤੇ ਲਾਉਣ ਦੇ ਲਈ ਆਪਣੇ ਪਰਿਵਾਰ ਦੀ ਹੈਲਪ ਨਹੀਂ ਕੀਤੀ, ਬਾਈਪਾਸ ਸਰਜਰੀ ਹੋਣੀ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਨਹੀਂ ਸੋਚਿਆ। ਉਸ ਕੀ ਕਹਾਣੀ ਨਹੀਂ ਸੁਣਨੀ, ਮਸਲਾ ਇਹ ਆ, ਲੋਕਾਂ ਤੱਕ ਫੈਕਚੁਅਲ ਜਾਣਾ ਚਾਹੀਦਾ, ਬਹੁਤ ਸੈਂਸਿਟਿਵ ਇਸ਼ੂ ਹੋ ਰਿਹਾ। ਮਸਲਾ ਇਹ ਹੈ ਕਿ ਜੇ ਉੱਥੇ ਨਹੀਂ ਦਿੱਤਾ, ਪਰ ਤੁਸੀਂ ਕਹਿੰਦੇ ਹੋ ਇਸ, ਜੇ ਇੱਕ ਸ਼ਖਸ ਜੋ ਡੇਰੇ ਦੇ ਵਿੱਚ ਆਇਆ ਉਹਨੇ ਬਾਊਂਸਰ ਵੀ 30,000 ਦੇ ਰੱਖ ਲਏ ਸਿਕਿਉਰਿਟੀ ਦੇ ਲਈ ਉਸ ਡੇਰੇ ਦੇ ਵਿੱਚ। ਹਾਂਜੀ ਹਾਂਜੀ ਜੀ, ਤੁਸੀਂ ਕੁਛ ਕਹਿ ਰਹੇ ਸੀ? ਮੈਂ ਤੁਹਾਨੂੰ ਇਹੀ ਕਹਿ ਰਿਹਾ, ਜਦੋਂ ਵਰਿੰਦਰ ਇਹ ਗੱਲ ਬੋਲ ਰਿਹਾ ਵੀ ਬਾਬਾ ਜੀ ਨੇ ਆਪਣੇ ਪੁੱਤਰ ਨੂੰ 1,00,000 ਰੁਪਈਆ ਨਹੀਂ ਦਿੱਤਾ, ਅਤੇ ਜਦੋਂ ਵਰਿੰਦਰ ਆਪਣੇ ਘਰੋਂ ਆਇਆ ਸੀ ਤਾਂ ਉਹ ਬਿਲਕੁਲ ਗਰੀਬ ਸੀਗਾ, ਅਤੇ ਅੱਜ ਉਸ ਕੋਲ 1,00,000,000,000 ਦੀ ਪ੍ਰੋਪਰਟੀ ਕਿੱਥੋਂ ਆ ਗਈ? ਜਦੋਂ ਕੋਈ ਹੋਰ ਇੱਕ ਆਮ ਪਰਿਵਾਰ ਕੋਲ ਇੱਕਦਮ 1,000 ਕਿੱਲੇ 400-500 ਕਿੱਲਾ ਜ਼ਮੀਨ ਜਾਂ ਕੁਝ ਹੋਰ ਵੀ ਇੰਨੀ ਤਕੜੀ ਪ੍ਰੋਪਰਟੀ, ਦਿੱਲੀ ਵਿੱਚ ਪੀਜੀਆਂ ਵਗੈਰਾ, ਵੱਡੀਆਂ ਵੱਡੀਆਂ ਗੱਡੀਆਂ, ਪੈਟਰੋਲ ਪੰਪ ਕਿਸੇ ਹੋਰ ਕੋਲ ਤਾਂ ਨਹੀਂ ਆਏ, ਤਾਂ ਇਹਦੇ ਕੋਲ ਕਿੱਥੋਂ ਆ ਗਏ? ਜਦੋਂ ਬਾਬਾ ਜੀ ਦੇ ਪਰਿਵਾਰ ਕੋਲ ਨਹੀਂ ਆਏ, ਤਾਂ ਇਹ ਡਰਾਈਵਰ ਸੀਗਾ ਤਾਂ ਇਹ ਡੇਰੇ ਦੇਖ ਰੇਖ ਕਰ ਰਿਹਾ ਸੀ, ਅਤੇ ਬਾਬਾ ਜੀ ਨੂੰ ਧੋਖੇ ਵਿੱਚ ਰੱਖ ਕੇ ਅਤੇ ਉਹਨਾਂ ਦੇ ਡੇਰੇ ਦੇ ਪੈਸੇ ਦਾ ਗਲਤ ਫਾਇਦਾ ਚੱਕਦਾ ਰਿਹਾ, ਅਤੇ ਇਹਦੇ ਨਾਲ ਦੇ ਜਿੰਨੇ ਹੋਰ ਸੰਬੰਧੀ ਇਹਦੇ ਮੈਂਬਰ ਆ ਜੀ ਟਰੱਸਟ ਦੇ, ਉਹਨਾਂ ਨੇ ਵੀ, ਉਹਨਾਂ ਨੂੰ ਵੀ ਪੈਸਾ ਮਿਲਦਾ ਰਿਹਾ ਅਤੇ ਸਾਰੇ ਇਹਦਾ ਸਾਥ ਦੇ ਰਹੇ ਜੀ, ਅਤੇ ਉਹਨਾਂ ਨੂੰ ਵੀ ਗੱਡੀਆਂ ਵਗੈਰਾ ਮਿਲਦੀਆਂ ਰਹੀਆਂ, ਅੱਜ ਉਹ ਇਹਦੇ ਨਾਲ ਖੜ੍ਹੇ ਉਹ ਸਾਰਾ ਸਾਥ ਦੇ ਰਹੇ ਆ ਜੀ, ਅਤੇ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ, ਹਾਈ ਲੈਵਲ ਦੀ ਜਾਂਚ ਹੋਣੀ ਚਾਹੀਦੀ ਆ। ਕਿੰਨੀ ਸੰਗਤ ਤੁਹਾਡੇ ਨਾਲ ਆ? ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ 5-7 ਲੱਖ ਸੰਗਤ ਸਾਡੇ ਨਾਲ ਆ ਜੀ, ਅਤੇ ਉਹਨਾਂ ਦਾ ਸਾਰੀ ਦਾ 1 ਫੈਸਲਾ, ਇਹਦੇ ਨਾਲ ਤਾਂ ਵੱਧ ਤੋਂ ਵੱਧ ਥੋੜ੍ਹੇ ਹੀ ਲੋਕ ਆ ਜੀ। ਸੁਣੋ ਮੈਂ ਬਤਾਤਾ ਹੂੰ, ਇਸਕੇ ਇਨ ਜਿਨ ਜੋ ਦਿਹਾੜੀਏ ਹੈ ਜੋ ਇਸਕੋ ਚਿੰਚੜ ਖਾ ਰਹੇ ਹੈ, ਉਹ ਚਿੰਚੜ ਚਿੰਚੜ ਬੋਲ ਰਹੇ ਹੈ ਵੀ ਵਰਿੰਦਰ ਜੀ ਠੀਕ ਹੈ, ਜੋ ਇਸਕੋ ਖੂਨ ਜੋ ਜਿਨਕੋ ਇਹ ਮਸਾਲਾ ਦੇ ਪੈਸੇ ਦਿੱਤਾ ਹੈ, ਖਿਲਾਤਾ ਹੈ, ਮਾਲ ਹੈ, ਜਿਨਕੋ ਲਾਲਚ ਹੈ ਵੀ ਇਹ ਬੈਠ ਗਿਆ ਤਾਂ ਆਪਣੇ ਕੋ ਬਹੁਤ ਜ਼ਿਆਦਾ ਕੁਛ ਮਿਲੇਗਾ ਖਾਣੇ ਕੋ, ਪਰ ਮਹਾਰਾਜ ਜੀ ਕੇ ਸਾਰੀ ਜਿਸ ਚਾਹੇ ਨਾਮ ਲਿਆ ਹੋ ਚਾਹੇ ਨਾ ਲਿਆ ਹੋ, ਚਾਹੇ ਸੱਚੇ ਸੌਦੇ ਕੀ ਸੰਗਤ ਹੋ, ਚਾਹੇ ਕੋਈ ਵੀ ਹੋ, ਚਾਹੇ ਓਸੋ ਵਾਲੇ ਹੋ, ਚਾਹੇ ਬਿਸ਼ਨੋਈ ਸਮਾਜ ਕੇ ਹੋ, ਮਹਾਰਾਜ ਜੀ ਸਭੀ ਧਰਮ ਸਾਰੇ ਪ੍ਰੇਮ ਕਰਤੇ ਹੈ। ਕਿਸੀ ਸੇ ਪੁੱਛ ਲਓ ਵੀ ਇਹ ਕੈਸੇ ਸੰਤ ਹੈ, ਬੋਲੇ ਜਗਮਾਲ ਵਾਲੇ ਬਹੁਤ ਅੱਛੇ ਸੰਤ ਹੈ, ਉਹ 20-20 ਘੰਟੇ ਬੈਠੇ ਰਹਿਤੇ ਹੈ। ਮਹਾਰਾਜ ਜੀ ਬੋਲੇ ਹਮ 3 ਮਹੀਨੇ ਬੈਠਨੇ ਕੋ ਤਿਆਰ ਹੈ, ਬਈ ਜੋ ਅੰਦਰ ਜਾਏਗਾ ਉਹ ਸਾਧੂ 3-3 ਮਹੀਨੇ ਬੈਠ ਜਾਏਗਾ, ਇਹ ਰੂਹਾਨੀਅਤ ਕਾ ਮਾਰਗ ਹੈ, ਅੰਦਰ ਖੋਜ ਕਰਨੇ ਕਾ ਨਾ ਕਿ ਬਾਹਰ ਝਗੜੇ ਦਿਲਵਾਣੇ ਕਾ। ਬਾਬਾ ਜੀ ਬੋਲੇ ਜੋ ਨਕਲੀ ਸੰਤ ਹੋਤਾ ਹੈ ਵੋ ਝਗੜੇ ਡਲਵਾਤਾ ਹੈ, ਇਸ ਸੰਤ ਨੇ ਬੈਠਣੇ ਸੇ ਪਹਿਲੇ ਝਗੜੇ ਦਿਲਵਾ ਦੀਏ, ਇਸੇ ਪਤਾ ਇਹ ਨਕਲੀ ਹੈ। ਚਲੋ ਤੁਸੀਂ ਤੁਹਾਡਾ ਪੱਖ ਹੈ ਕਿ ਉਹ ਬੰਦਾ ਗੱਦੀ ਤੇ ਨਹੀਂ ਬੈਠਣਾ ਚਾਹੀਦਾ, ਤੁਸੀਂ ਉਹਨੂੰ ਮਹਾਤਮਾ ਨਹੀਂ ਮੰਨ ਰਹੇ? ਇਹ ਸਾਰੀ ਸਾਧ ਸੰਗਤ ਕਾ ਪੱਖ ਹੈ ਤੁਹਾਡਾ, ਨਹੀਂ ਜਸਟ ਤੁਸੀਂ ਕਹਿੰਦੇ ਤੁਹਾਡੇ ਮਗਰ 5-7 ਲੱਖ ਲੋਕ ਆ। ਹਾਂ 5-7 ਲੋਕ ਸਭ ਕਾ ਇਹ ਹੈ, ਜਿਨ੍ਹਾਂ ਨੇ ਨਾਮ ਨਹੀਂ ਲੈ ਰੱਖਿਆ। 5-7 ਲੱਖ ਲੋਕ, ਇਹ ਤਾਂ ਸਾਧ ਸੰਗਤ ਹੈ ਹਮਾਰੀ 5-7 ਲੱਖ ਲੋਕ, ਜੋ ਹੈ ਜੋ ਜਿਨਕਾ ਮਹਾਰਾਜ ਜੀ ਸੇ ਪਿਆਰ ਹੈ, ਜੈਸੇ ਬਿਸ਼ਨੋਈ ਸਮਾਜ ਕੇ ਹਮਾਰੇ ਸਾਧੂ ਸੰਤ ਮਹਾਤਮਾ ਹੈ, ਔਰ ਵੀ ਹੈ, ਉਨ ਸਭ ਕਾ ਦੇਖ ਹੈ, ਇਸ ਅੱਛੀ ਤਰ੍ਹਾਂ ਦੇਖ ਰੱਖਿਆ ਹੈ। ਉਹ ਮੇਰੇ ਪਾਸ ਮਜ਼ਾਕ ਵੀ ਉਡਾਤੇ ਥੇ, ਬਈ ਵਰਿੰਦਰ ਢਿੱਲੋ ਆ ਗਾਣੇ ਗਾਤਾ ਕਿਉਂ ਘੁੰਮ ਰਿਹਾ ਹੈ, ਸਾਦੀਓ ਮੈਂ ਗਾਣੇ ਗਾਤਾ ਇਹ ਕਿਉਂ ਘੁੰਮ ਰਿਹਾ ਹੈ, ਸਾਦੀਓ ਮੈਂ ਇਹ ਪ੍ਰੋਗਰਾਮ ਕਰਤਾ ਘੁੰਮਤਾ ਤਾ। ਖੈਰ ਤੁਹਾਡਾ ਬਹੁਤ ਧੰਨਵਾਦ, ਅਸੀਂ ਤੁਹਾਡੇ ਨਾਲ ਫਿਰ ਰਾਬਤਾ ਕਰਾਂਗੇ। ਸੋ ਸਾਡਾ ਮਕਸਦ ਕੀ ਆ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਉਣ ਦਾ? ਸਾਡਾ ਕੋਈ ਮਕਸਦ ਨਹੀਂ ਹੈ, ਚੰਡੀਗੜ੍ਹ ਬਹੁਤ ਸਾਰੇ ਲੋਕ ਪਹੁੰਚਦੇ ਨੇ, ਖਬਰਾਂ ਕਰਦੇ ਹਾਂ ਹਰ ਰੋਜ਼, ਇੱਕ ਸਾਡੇ ਲਈ ਰੂਟੀਨ ਦੀ ਇਹ ਖਬਰ ਹੈ। ਸੈਂਸਿਟਿਵ ਤਾਂ ਹੈ ਕਿ ਉੱਥੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਜੁੜੀ ਹੋਈ ਹੈ, ਲੱਖਾਂ ਸ਼ਰਧਾਲੂ ਉਸ ਡੇਰੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੀ ਭਾਵਨਾ ਦਾ ਮਸਲਾ ਹੈ।
ਅਸੀਂ ਹਰ ਇੱਕ ਪੱਖ ਇਸ ਖਬਰ ਨਾਲ ਜੁੜਿਆ ਹੋਇਆ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਾਡੀ ਅਸੀਂ ਸਾਰੀ ਐਨਰਜੀ ਇਸ ਖਬਰ 'ਤੇ ਲਾਵਾਂਗੇ ਕਿ ਆਖਿਰ ਸੱਚ ਹੈ ਕਿ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਸੱਚ ਦੁੱਧ ਦਾ ਦੁੱਧ ਅਤੇ ਦੁੱਧ ਦਾ ਪਾਣੀ ਦਾ ਪਾਣੀ ਹੋਣਾ ਚਾਹੀਦਾ। ਸਾਡਾ ਮਕਸਦ ਸਿਰਫ ਤੁਹਾਨੂੰ ਖਬਰ ਦਿਖਾਉਣਾ ਹੈ ਅਤੇ ਅਸੀਂ ਸੰਗਤ ਨੂੰ ਇਹ ਅਪੀਲ ਕਰਦੇ ਹਾਂ ਕਿ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਜਿਸ ਤਰ੍ਹਾਂ ਕਾਨੂੰਨ ਕਹਿ ਰਿਹਾ, ਕਾਨੂੰਨ 'ਤੇ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ। ਕਾਨੂੰਨ ਜਲਦੀ ਹੀ ਸਹੀ ਫੈਸਲਾ ਕਰੇਗਾ, ਜਿਵੇਂ ਸੰਗਤ ਦੀਆਂ ਭਾਵਨਾਵਾਂ ਨੇ ਜਾਂ ਸੱਚ ਹੈ ਜੋ ਉਸ ਮੁਤਾਬਕ ਹੀ ਕਾਨੂੰਨ ਚੱਲੇਗਾ। ਕਾਨੂੰਨ ਨੇ ਕਦੇ ਕੋਈ ਗਲਤ ਫੈਸਲਾ ਨਹੀਂ ਕੀਤਾ ਤਾਂ ਕਾਨੂੰਨ ਦੇ ਕਾਨੂੰਨੀ ਫੈਸਲਿਆਂ ਦੀ ਜਿਹੜੀ ਉਡੀਕ ਹੈ ਉਹ ਕਰਨੀ ਚਾਹੀਦੀ ਹੈ ਕਿ ਕਾਨੂੰਨ ਤੁਹਾਨੂੰ ਕਿਵੇਂ ਜਿਹੜਾ ਫੈਸਲਾ ਦਿੰਦਾ, ਕਿਉਂਕਿ ਹੁਣ ਮਸਲਾ ਵੱਧ ਗਿਆ ਅਤੇ ਅਦਾਲਤਾਂ ਤੱਕ ਜਾਏਗਾ ਅਤੇ ਅਦਾਲਤਾਂ ਜਾਂ ਪੁਲਿਸ ਤੱਕ ਜਾਂਦਾ ਤਾਂ ਉੱਥੇ ਜੋ ਪ੍ਰਸ਼ਾਸਨ ਤੁਹਾਨੂੰ ਫੈਸਲਾ ਦੇਗਾ ਉਹ ਬਿਲਕੁਲ ਸਹੀ ਫੈਸਲਾ ਦੇਗਾ। ਪ੍ਰਸ਼ਾਸਨ ਜਿਹੜਾ ਜਾਂਚ ਪਰਖ ਹੋਏਗੀ, ਇਨਵੈਸਟੀਗੇਸ਼ਨ ਹੋਏਗੀ ਪੂਰੇ ਮਾਮਲੇ ਦੀ, ਅਤੇ ਅਸੀਂ ਖਬਰ ਦਿਖਾਉਣੀ ਹੈ ਤੁਹਾਨੂੰ। ਅਸੀਂ ਲਗਾਤਾਰ ਖਬਰਾਂ ਦਿਖਾਉਂਦੇ ਰਹਾਂਗੇ ਤਾਂ ਅਸੀਂ ਫਿਰ ਇੱਕ ਵਾਰ ਸੰਗਤ ਨੂੰ ਜਾਂਦੇ ਹੋਏ ਅਪੀਲ ਕਰਦੇ ਹਾਂ ਕਿ ਜਿਹੜੀ ਵੀ ਡੇਰੇ ਦੀ ਸੰਗਤ ਹੈ ਉਹ ਸ਼ਾਂਤੀ ਬਣਾ ਕੇ ਰੱਖੇ, ਹਰ ਪੱਖ ਇਸ ਖਬਰ ਨਾਲ ਜੁੜਿਆ ਹੋਇਆ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਕੈਮਰੇ 'ਤੇ ਵਿਸ਼ਾਲ, ਮੈਂ ਮਨਪ੍ਰੀਤ ਸਿੰਘ, ਸਕਰੋਲ ਪੰਜਾਬ ਟੀਵੀ ਦੇ ਲਈ।